ਰਜਿੰਦਰ ਕੌਰ ਭੱਠਲ ਵੱਲੋਂ ਨੌਜਵਾਨ ਨੂੰ ਥੱਪੜ ਮਾਰਨ ਦਾ ਮਾਮਲਾ ਲਗਾਤਾਰ ਗਰਮਾਉਂਦਾ ਨਜ਼ਰ ਆ ਰਿਹਾ। ਹੁਣ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਦੀ ਨਿਖੇਧੀ ਕਰਦਿਆਂ ਹੋਇਆ ਕਿਹਾ ਕਿ ਲੋਕਾਂ ਦੇ ਸਵਾਲਾਂ ਤੋਂ ਭੱਜ ਰਹੀ ਹੈ ਕਾਂਗਰਸ, ਲੋਕ ਸਰਕਾਰ 'ਤੇ 2 ਸਾਲ ਦਾ ਹਿਸਾਬ ਮੰਗ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇ ਸਰਕਾਰ ਨੇ ਕੰਮ ਕੀਤਾ ਹੁੰਦਾ ਤਾਂ ਸਰਕਾਰ ਹੈ ਜਿਹੜਾ ਜਵਾਬ ਦਿੰਦੀ। ਇਸ ਦੇ ਨਾਲ ਹੀ ਦੱਸਦੀ ਹੈ ਕਿ ਮਜੀਠੀਆ ਨੇ ਵੀ ਕਾਂਗਰਸ 'ਤੇ ਕਈ ਸਵਾਲ ਚੁੱਕੇ ਨੇ। ਉਹਨਾਂ ਕਿਹਾ ਕਿ ਕਾਂਗਰਸ ਜਵਾਬ ਦੇਣ ਦੀ ਬਜਾਏ ਗੁੰਡਾਗਰਦੀ ਕਰ ਰਹੀ ਹੈ। ਕਿ ਲੋਕ ਸਵਾਲ ਪੁੱਛ ਰਹੇ, ਝੂਠੀਆਂ ਸਹੁੰਆਂ ਖਾਧੀਆਂ, ਹੁਣ ਪੁੱਛਦੇ ਸਵਾਲ ਕਰੋ, ਦੱਸੋ ਜਵਾਬ। ਸਾਰੇ ਮੁੱਕਰ ਕੇ ਭੱਜ ਗਏ, ਹੁਣ ਪਿੰਡਾਂ 'ਚ ਆਉਂਦੇ ਨਹੀਂ। ਕੈਪਟਨ ਕਿਉਂ ਨਹੀਂ ਨਿਕਲ ਰਿਹਾ? ਕਿਉਂ ਨੂੰ ਪਤਾ ਕਿ ਛਿੱਤਰ ਪੈਣਗੇ ਪੰਜਾਬ ਦੇ ਵਿੱਚ। ਕੈਪਟਨ ਅੱਜ ਤੱਕ ਦੇਖੋ, ਇਲੈਕਸ਼ਨ ਖਤਮ ਹੋਣ ਵਾਲਾ ਆ ਗਿਆ, ਕੈਪਟਨ ਨਹੀਂ ਨਿਕਲਿਆ ਆਪਣੇ ਘਰੋਂ, ਕਿਉਂਕਿ ਉਹਨੂੰ ਪਤਾ ਲੋਕ ਉਹਦੇ ਨਾਲ ਗੁੱਸੇ ਹੈ। ਉਹਨੇ ਝੂਠੀਆਂ ਸਹੁੰ ਖਾਧੀ ਹੈ, ਪਰਮਾਤਮਾ ਵੀ ਨਹੀਂ ਬਖਸ਼ਣਗੇ ਅਤੇ ਪੰਜਾਬ ਦੀ ਜਨਤਾ ਵੀ ਨਹੀਂ ਬਖਸ਼ਣਗੇ। ਇਹ ਤੋਂ ਦੁਖਦਾਈ ਗੱਲ, ਔਰ ਕਾਂਗਰਸ ਦਾ ਅਸਲੀ ਚਿਹਰਾ ਕਿ ਜਿਹੜਾ ਗੁਰੂ ਸਾਹਿਬ ਦੇ ਚਰਨਾਂ ਦੀ ਸਹੁੰ ਖਾਈ ਹੋਵੇ, ਗੁਰੂ ਸਾਹਿਬ ਦੀ ਬਾਣੀ ਦੀ ਸਹੁੰ ਖਾਈ ਹੋਵੇ, ਗੁਟਕਾ ਸਾਹਿਬ ਦੀ ਸਹੁੰ ਖਾਈ ਹੋਵੇ, ਉਹ ਬੰਦੇ ਨੂੰ, ਉਸ ਪਾਰਟੀ ਨੂੰ ਜਦ ਸਵਾਲ ਹੋਵੇ, ਜੋ ਉਹਨਾਂ ਦੇ ਵਾਅਦੇ ਸਨ, ਕਰਜ਼ਾ ਮਾਫ਼ੀ, ਘਰ ਘਰ ਨੌਕਰੀ, ਦਲਿਤ ਭਰਾਵਾਂ ਦੀ ਸਹੂਲਤਾਂ, ਉਹਨਾਂ ਨੂੰ ਜਵਾਬ ਦੇਣ ਦੀ ਜਗ੍ਹਾ, ਨੌਕਰੀ ਦੇਣ ਦੀ ਜਗ੍ਹਾ, ਜੇ ਕੋਈ ਹੱਕ ਸੱਚ ਦੀ ਗੱਲ ਕਵੇ, ਉਹਨੂੰ ਪੰਜਾਬ ਦੇ ਨੌਜਵਾਨ ਨੂੰ ਚਪੇਟ ਵੱਜਦੀ ਹੈ ਕਾਂਗਰਸ ਲੀਡਰ ਵੱਲੋਂ। ਮੈਂ ਸਮਝਦਾ ਕਿ ਅੱਜ ਵੀ ਪੰਜਾਬ ਦਾ ਨੌਜਵਾਨ ਅਤੇ ਪੰਜਾਬ ਦਾ ਕਿਸਾਨ ਅਤੇ ਪੰਜਾਬ ਦਾ ਦਲਿਤ ਵੀਰ ਜੇ ਉੱਠ ਖੜੂਗਾ, ਅਤੇ ਕਾਂਗਰਸ ਨੇ ਜਿਹਨੇ ਚਪੇਟਾਂ ਮਾਰੀਆਂ ਨੇ, ਇਹਨਾਂ ਨੂੰ ਮਾਫ਼ੀ ਵੀ ਮੰਗਣੀ ਪਊਗੀ ਔਰ ਵਾਅਦੇ ਵੀ ਪੂਰੇ ਕਰਨੇ ਪੈਣਗੇ। ਨਹੀਂ ਤਾਂ ਇਹੀ ਗੁਰੂ ਦੀ ਸੰਗਤ ਪੰਜਾਬ ਦੇ ਲੋਕ ਇਸ ਕਾਂਗਰਸ ਦੀ ਸਰਕਾਰ ਨੂੰ ਚੱਲਦਾ ਕਰਨਗੇ ਪੰਜਾਬ ਦੀ ਧਰਤੀ 'ਤੇ।